हलका बलुआणा दे पिंड खाटवां दी रहण वाली अते ढाई शफी च शादीशुदा लड़की नूं दाज लई उसदे ही सहुरियां वल्लों कतल करन दा मामला सामने आया है। पुलिस ने मृतक की लाश नूं पोस्टमार्टम लई सरकारी हस्पताल की मोर्चरी विच रखवाया गया ते पुलिस मामले की डूंघाई नाल जांच कर रही है। प्राप्त जानकारी अनुसार खाटवां वासी संधवां पुत्री मंगी राम उम्र करीब 22 साल का विआह करीब 6-7 महीने पहला ढाई शफी वासी सतपाल नाल होया सी। मृतिका के पति सतपाल ने दसिया कि बीती रात करीब 3:30 बजे जदों बाथरूम करन लई गया तां उसकी पत्नी के मूँह विचों झग निकल रही थी। जदों परिवारक मैंबरां की मदद नाल उसनूं सरकारी हस्पताल विच दाखल करवाया गया। राती 4 बजे हस्पताल लजाया गया तो डॉक्टरों ने उसनूं मृतक ऐलान कर दिता। घटना तो बाद उसने संध्या के रिश्तेदारों नूं इसकी सूचना भी दी जिथे जांच दौरान संधवां के कोल एक बोतल भी मिली। मृतिका के पिता मंगी राम और भरा हरमन ने लड़की के सहुरे परिवार से मारन के इल्जाम लगाए हैं। पेश है अबोहर तो साढ़े पत्रकार गुरनाम सिंह संधू की यह रिपोर्ट। कारण आई है जी, वह तेज मंगता जी, मोटरसाइकिल मंगता जी, चेन मंगता जी, कड़ा मंगता जी, ता करके उन्हें मारी है। कारवाई आई है जी, उन्होंने सजा होनी चाहिए है। तकड़ी नहीं तो सानू दे दियो, असी कहते असी दे देंगे सजा। कोई नहीं हुई जी पंचायत, वो आंदा सी लेके जांदा सी कुड़ी नू, रात नू आ गया, दिने आ गया, घरे रहिंदा सी, कुड़ी नाल लड़ाई करदा सी, दारू पींदा सी, नशा करदा सी। ਕੀ ਹੋਈ ਹੈ ਲੜਕੀ ਤੁਹਾਡੀ? ਗੱਲ ਇਹ ਹੋਈ ਹੈ ਰਾਤੀ 10 ਵਜੇ ਤੱਕ ਸਾਡੇ ਨਾਲ ਫੋਨ 'ਤੇ ਗੱਲ ਹੋਈ ਹੈ, ਵਧੀਆ ਚੰਗੀ ਤਰੀਕੇ ਨਾਲ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਉਹ ਤੋਂ ਬਾਅਦ ਉਹ ਆਇਆ ਸ਼ਰਾਬ ਪੀ ਕੇ, ਉਹਦੇ ਨਾਲ ਮਾਰਕੁੱਟ ਕੀਤੀ ਹੈ, ਪਤਾ ਨਹੀਂ ਕੀ ਕੀਤਾ, ਸਾਨੂੰ ਤਾਂ ਨਹੀਂ ਪਤਾ। ਉਹ ਤੋਂ ਬਾਅਦ ਅਸੀਂ ਫੋਨ ਕੱਟਣ ਤੋਂ ਬਾਅਦ ਟਰਾਈ ਕੀਤਾ, ਫੋਨ ਸੁੱਚ ਆਫ ਆਈ ਜਾਂਦਾ। ਸਵੇਰੇ 5 ਵਜੇ ਤੱਕ ਤਕਰੀਬਨ ਸਾਨੂੰ ਫੋਨ ਆਇਆ ਵੀ ਘਟਨਾ ਵਾਪਰ ਗਈ ਹੈ, ਕੁੜੀ ਖਤਮ ਹੋ ਗਈ ਹੈ ਤੁਹਾਡੀ, ਅਤੇ ਸਾਨੂੰ ਇਹ ਦੱਸਿਆ ਵੀ ਉਹਨੇ ਸਫਰੇ ਪੀ ਲਈ ਹੈ ਆਪਦੇ ਹੱਥ ਨਾਲ। ਸਾਨੂੰ ਤਾਂ ਇਹ ਦੱਸਿਆ ਹੈ, ਅਸੀਂ ਪ੍ਰਸ਼ਾਸਨ ਤੋਂ ਹੀ ਬੇਨਤੀ ਕਰਦੇ ਹਾਂ, ਹੱਥ ਬੰਨ ਕੇ ਵੀ ਸਾਨੂੰ ਇਨਸਾਫ ਚਾਹੀਦਾ ਹੈ। ਸਾਡੀ ਕੁੜੀ ਨੇ ਕੋਈ ਸੁਸਾਈਡ ਨਹੀਂ ਕੀਤਾ, ਇਹਨਾਂ ਨੇ ਜਾਣ ਬੁੱਝ ਕੇ ਮਾਰੀ ਹੈ। ਇਹ ਦੇਸ਼ ਦੀ ਮੰਗ ਕਰਦੇ ਸੀ, ਮੁੰਡਾ ਸਕੂਟਰ ਦੀ ਮੰਗ ਕਰਦਾ ਸੀ, ਮੁੰਡਾ ਚਾਂਦੀ ਦੀ ਚੇਨ ਦੀ ਮੰਗ ਕਰਦਾ ਸੀ, ਕੜੇ ਦੀ ਮੰਗ ਕਰਦਾ ਸੀ ਜੀ, ਅਤੇ ਕੁੜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ ਜੀ। ਪ੍ਰਸ਼ਾਸਨ ਤੋਂ ਹੱਥ ਵੱਧ ਕੇ ਬੇਨਤੀ ਹੈ, ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਅਤੇ ਸਾਨੂੰ ਇਨਸਾਫ ਦਿਵਾ ਜਾਏ ਜੀ। ਮੇਰਾ ਨਾਮ ਹੈ ਪੱਪੀ ਬਾਈ, ਪਾਲਾ ਰਾਮ, ਪਿੰਡ ਖਾਟਵਾਂ। ਇਹ ਬੱਚੀ ਨਾਲ ਹੋਇਆ ਦਾਜ ਪਿੱਛੇ, ਦਾਜ ਪਿੱਛੇ ਦਾ ਦਾਜ ਦੀ ਕੀਤੀ ਹੈ ਸਾਰਾ, ਵੀ ਦਾਜ ਨਹੀਂ ਦਿੱਤਾ, ਵਿਆਹ ਕਰਿਓ ਬਾਅਦ ਮੇਰੇ ਸਮਾਨ ਕੌਣ ਦੀ ਹੋ, ਅਤੇ ਉਹ ਕਹਿੰਦਾ ਸਮਾਨ ਕਿਉਂ ਕੌਣ ਦੀ ਹੋ, ਤੈਨੂੰ ਸਮਾਨ ਕਿਉਂ ਕੌਣ ਦੀ ਹੋ, ਸਮਾਨ ਕੌਣ ਦੀ ਹੋ, ਵਿਆਹ ਕਿਆ ਖਾਤਰ ਕਰੀ ਹੋਏ, ਵਿਆਹ ਵਾਹ ਕਿਆ ਵਾਸਤੇ ਕਰੇ। ਬਾ ਕਹਿੰਦੀ ਵੀ ਮੈਨੇ ਦੇ ਦਿਆ ਕਿ ਮੇਰੇ ਪਾਪੋ ਵੀ ਥੋੜ੍ਹਾ ਸਾ ਗਰੀਬ ਹੈ, ਬਾਬੋ ਮੇਰੇ ਗਰੀਬ ਹੈ, ਮੇਰੇ ਇੱਕ ਪਾਪੋ ਹੈ, 5 ਸਹੁਰੀਆਂ ਹੈ, ਬਾਈ ਉਹ ਕੌਣ ਛੋਟੋ, ਅਤੇ ਇਆਂ ਕਰਕੇ ਇਹ ਲੜਤਾ ਰਿਹਾ। ਅਬ ਰਾਤ 10 ਵਜੇ ਤੱਕ ਬਾਤ ਕਰੀ ਹੈ ਫੋਨ ਮੈਂ, ਆਪ ਗਏ ਮਾਸਾ ਸਾ ਗਈ ਕਰੀ, ਫੁੰਪਾ ਸਾ ਗਈ ਕਰੀ ਹੈ, ਬੂਹਾ ਸਾ ਗਈ ਕਰੀ ਹੈ, ਬਾਤ ਕਰਤੀ ਕਰਤੀ 10 ਵਜੇ ਬਾਅਦ ਆ ਗਏ, ਆ ਫੋਨ ਕੋਸ ਲਿਓ ਵੀ ਤੈਨੂੰ, ਫੋਨ ਫਿਰ ਸੁੱਚ ਆਫ ਹੋ ਗਿਆ। ਫਿਰ 5:30 ਵਜੇ ਆ ਫੋਨ ਕੀਤਾ ਹੈ ਨਾ। ਤੁਹਾਨੂੰ ਕੀ ਲੱਗਦਾ ਕੁੜੀ ਤੁਹਾਡੀ ਮਰੀ ਆ ਕਿ ਜਾਂ ਮਾਰੀ ਗਈ? ਮਾਰੀ ਗਈ ਹੈ, ਮਾਰੀ ਹੈ, ਲੀ ਲੈ ਕੰਠ ਮੋਸ ਗਈ ਮਾਰੀ ਹੈ। ਮੈਂ ਇੱਥੋਂ ਲੀਲ ਜੰਮੀ ਹੋਈ ਹੈ, ਮੋਸ ਕੇ ਮਾਰੀ ਹੈ, ਮੈਂ ਵੇਖ ਕੇ ਆਈ ਹਾਂ ਆਪ ਲਾਸ ਸਾਰੀ, ਫਿਰ ਰੋਲ ਕੇ ਚੰਗੀ ਤਰੀਆਂ ਪੇਰ ਪੂਰ ਹੱਥ ਹੂਥ ਨਵੂੰ ਮਾਂ ਸਾਰਾ ਹੱਥ ਫੇਰ ਕੇ, ਮੈਂ ਡੀਲ 'ਚ ਹੱਥ ਫੇਰ ਕੇ ਵੇਖੇ, ਪੁਲਿਸ ਵਾਲਾ ਮੈਨੂੰ ਵਿਖਾਈ ਹੈ ਵੀ ਹੁਣ ਤੁਸੀਂ ਵੇਖ ਲਓ ਵੀ ਕਿੰਨੀ ਕੁ ਚੋਟ ਆਈ ਹੈ। ਕਾਰਵਾਈ ਦੀ ਕੀ ਮੰਗ ਕਰਦੇ? ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਤਿੰਨਾਂ ਨੂੰ, ਸੱਸ ਹੈ, ਸਹੁਰਾ ਹੈ, ਪ੍ਰਾਹੁਣਾ ਹੈ, ਠੀਕ ਹੈ, ਉਹਨੂੰ ਸਜ਼ਾ ਹੋਣੀ ਚਾਹੀਦੀ, ਮੁੜ ਕੇ ਵੀ ਜ਼ਿੰਦਗੀ 'ਚ ਯਾਦ ਰੱਖੇ। ਅੰਬੋ ਕੀ ਨਾਮ ਹੈ ਤੁਹਾਡਾ? ਮੇਰਾ ਪਾਰੀ। ਮੇਰੀ ਪੋਤੀ ਨਾਲ ਬਹੁਤ ਮਾੜੀ ਹੋ ਗਈ ਸਰ, ਇੱਕ ਤੋਂ
मैंने फोन कौन करियो 11 बजे तक मेरे साथ बात करिए मैंने 10 बजे तक मुड़गे भी वो फोन कौन नहीं आयो दिन के मैंने 5 बजे फोन करिए 5 बजे अच्छा बिंगे स्प्रे पीड़ी बिंगे गोली खाई तो 5 बजे तक मेरे कर फोन क्यों करियो मैंने जद को जद लिया सही है एक बो दाइज मांगियो भी मैंने दाइज कौन दियो मैंने दाइज कौन दियो दाइज मेरा 6 छोरी है किस तरह ना मांगदा सी गई मोटरसाइकिल है कड़ो है कोई स्कूटर है कोई की दाइज तो घनी बांत को है वो मेरे गरीब आदमी मैं तो गोबर गेर के टाइम पास करूँ मैं दाइज किंग दे दूँ मैं क्यों मेरे कन छोरी है एक पांच पांच छह मेरे आप गए 5 मेरे बेटे गए दाइज किंग दे दिया मैं तो दिहाड़ी मजूरी करके टाइम पास करा ते तुहाडा ब्याह दे किन्ना खर्चा आ चुका सी मारे ब्याह को खर्चो आ गयो 3 लाख माता जी ਤੁਹਾਡੇ ਕੋਲ ਫੋਨ ਕਿੰਨੇ ਵੇ ਆਇਆ ਸੀ ਤੇ ਕਿੰਨੇ ਫੋਨ ਕੀਤਾ ਤੁਹਾਨੂੰ ਮੈਨੇ ਫੋਨ ਕਰਿਓ ਸਰ ਪਰੌਣਾ ਮੇਰੇ ਕਛੋਰੀ ਨੇ ਮਾਰੀ ਹੈ ਨਹੀਂ ਬਣ ਫੋਨ ਕਰਿਓ ਮੈਨੇ ਮੈਂ ਵੀ ਨੇ ਬੋਲ ਕੇ ਪੁੱਛਿਓ ਵੀ ਤੂੰ ਕੌਣ ਬੋਲੇ ਉਹ ਬੋਲਿਓ ਮੈਂ ਸੋਨੂੰ ਬੋਲੂੰ ਆ ਬਾਤ ਕੇ ਦੀ ਮੈਂ ਕਿ ਤੇਰੇ ਕੰਨੇ ਕੌਣ ਬੋਲੇ ਕਿ ਮੇਰੇ ਕੰਨੇ ਮਨਫੂਲ ਬੋਲੇ ਮੈਂ ਕਿਉਂ ਵੀ ਬਾਤ ਕਰਾਂ ਮੇਰੇ ਸਾਗੇ ਉਹ ਮੇਰੇ ਸਾਗੇ ਬੋਲਿਓ ਕਿ ਜੀ ਥਾਰੀ ਛੋਰੀ ਗੋਲੀ ਖਾ ਗਈ ਮੈਂ ਫਿਰ ਵੀ ਨੇ ਗਾਲ ਕੱਢੀ मैं क्यों मेरी छोरी गोली खा के मैं दिन के छोरी ले लूँगा बहन सो गोला मैं आगाल काटी भी ने मैं मो नटू को नहीं कह जी मैं को अब है कट है कह मैं तो भी ने मंडी पुगा दी अरे ही वा घरे ही वा सर घरे मंडी तो हम पुगाई है 6 बजे आपको सारो मसल हल कर गए आ इतनी बात मेरा साग होड़ी है भी बटाऊगी दारू पिए पसंद हो भी दारू नशो करे मैं कौन जाऊ नशा किस तरह करता सी गणी बात को के बतावा दारू वो पीन तो गोली वो खान तो जर्दो वो लगाऊ तो समेक वो पीन तो ਤੁਸੀਂ ਜਦੋਂ ਆਪਦੀ ਕੁੜੀ ਨੂੰ ਦੇਖਿਆ ਸੀ ਹਸਪੀਟਲ ਦੇਖਿਆ ਜਾਂ ਘਰੇ ਦੇਖਿਆ ਜਾ ਕੇ ਕਿਨੇ ਜਦੋਂ ਤੁਹਾਡੀ ਕੁੜੀ ਦਾ ਫੋਨ ਗਿਆ ਸੀਗਾ ਹਾਂ ਤੁਹਾਡੀ ਕੁੜੀ ਜਿਹੜੀ ਮਰੀ ਸੀਗੀ ਮਰ ਚੁੱਕੀ ਸੀ ਹਾਂ ਹਸਪੀਟਲ ਆਣ ਕੇ ਦੇਖਿਆ ਕਿ ਜਾਂ ਤੁਸੀਂ ਘਰੇ ਵੇਖਿਆ ਜਾ ਮੈਂ ਤਾਂ ਆਇਆ ਹੀ ਸਿੱਧਾ ਠੀ ਆਏ ਤੋਂ ਠੱਲੀ ਆ ਮਨਾ ਤੱਲਾ ਹੀ ਕੌਣ ਕਰੀ ਨਹੀਂ ਵੀ ਤੇ ਹਸਪਤਾਲ ਆ ਜਾਓ ਕਿਤੇ ਥਾਣਾ ਆ ਜਾਓ ਕਿ ਮਨੇ ਕਿਹੋ ਹੀ ਕੋ ਨਹੀਂ ਆ ਤੁਹਾਨੂੰ ਕਿਹਾ ਪਤਾ ਲੱਗਾ ਹਸਪੀਟਲ ਤੋਂ ਮਨਾ ਤਾਂ ਫਿਰ ਮਰ ਚੌਧਰੀ ਨੂੰ ਫੋਨ ਕਰਿਓ ਚੌਧਰੀ ਬਤਾਇਓ ਵੀ ਬੇ ਤੋ ਗਿਆ ਬਠੇ ਮਾਰੇ ਚੌਧਰੀ ਨੂੰ ਫੋਨ ਕਰਿਓ ਤੁਸੀਂ ਕਾਰਵਾਈ ਦੀ ਕੀ ਮੰਗ ਕਰਦੇ ਜੀ ਕਾਰਵਾਈ ਜਿਹੀ ਚੱਲੇ ਬਾਈ ਕਰਾਂਗਾ ਸਿੱਧਾ ਕਾਰਵਾਈ ਤੁਸੀਂ ਕੀ ਸਰਕਾਰ ਮੈਂ ਚੱਲੇ ਬਾਈ ਲਿਆਂਗਾ ਸਮਾਨ ਤੁਸੀਂ ਕਿਸ ਤਰ੍ਹਾਂ ਦਾ ਦਿੱਤਾ ਸੀ ਉਹਨੂੰ ਲੜਕੀ ਨੂੰ ਪੂਰਾ ਸਮਾਨ ਹਾਂ ਪੂਰਾ ਸਮਾਨ ਦਿਓ ਤੇ ਹੁਣ ਕੀ ਮੰਗਦਾ ਗੱਡੀ ਮੰਗਦਾ ਕੀ ਮੰਗਦਾ ਅਬ ਕਹਿ ਮਨ ਦਿਓ ਕੜੀਆ ਦਿਓ ਮੋਟਰਸਾਈਕਲ ਦਿਓ ਗੱਡੀ ਦਿਓ ਜੀ ਇਹ ਸੂਚਨਾ ਮਿਲੀ ਸੀ ਸੰਧਿਆ ਨਾਂ ਦੀ ਲੜਕੀ 23 ਸਾਲ ਦੀ ਵਾਈਫ ਆਫ ਸਤਪਾਲ ਢਾਣੀ ਸਿੱਧੀ ਵਿਆਹੀ ਹੋਈ ਸੀ ਇਹਦੀ ਡੈੱਡ ਬੋਡੀ ਆਈ ਸੀ ਇੱਥੇ ਮੋਰਚਲੀ ਦੇ ਵਿੱਚ ਹੁਣ ਅਸੀਂ ਆਏ ਆ ਅੱਗੇ ਤਫਤੀਸ਼ ਕਰਦੇ ਆ ਕੀ ਗੱਲ ਹੈ ਇਹ ਪਰਿਵਾਰ ਵਾਲੇ ਕੀ ਕਹਿ ਰਹੇ ਪਰਿਵਾਰ ਅਜੇ ਲੜਕੀ ਦਾ ਪਰਿਵਾਰ ਨਹੀਂ ਆਇਆ ਅੱਛਾ ਆਉਂਦੇ ਆ ਤੇ ਗੱਲਬਾਤ ਕਰਦੇ